ਨਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜੋ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ, ਜੇਕਰ ਤੁਹਾਡੇ ਕਮੈਂਟ ਨੂੰ 100 ਲਾਈਕ ਮਿਲਦੇ ਆ ਤਾਂ ਅਸੀਂ ਤੁਹਾਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਸਨਮਾਨਿਤ ਕਰਾਂਗੇ। ਗੱਲ ਕਰਨ ਜਾ ਰਹੇ ਹਾਂ ਨੀਟੂ ਸ਼ਟਰਾ ਵਾਲਾ, ਜੋ ਕਿ ਲੋਕ ਸਭਾ ਚੋਣਾਂ ਦੌਰਾਨ ਕਾਫ਼ੀ ਜ਼ਿਆਦਾ ਮਸ਼ਹੂਰ ਹੋ ਗਿਆ। ਇੱਥੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਸਦਾ ਨਾਮ ਸ਼ਟਰਾ ਵਾਲਾ ਇਸ ਕਰਕੇ ਪਿਆ ਕਿਉਂਕਿ ਉਸਦੀ ਦੁਕਾਨ ਸ਼ਟਰ ਬਣਾਉਂਦੀ ਸੀ। ਕਾਫ਼ੀ ਜ਼ਿਆਦਾ ਉਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਪਰ ਜੋ ਗੱਲ ਨਕੋਦਰ ਨਿਊਜ਼ ਰਿਪੋਰਟ ਨੇ ਨੋਟ ਕੀਤੀ ਉਹ ਗੱਲ ਇਹ ਸੀ ਕਿ ਜਦੋਂ ਵੀ ਪੱਤਰਕਾਰ ਉਸਨੂੰ ਸਵਾਲ ਕਰਦਾ ਤਾਂ ਉਹ ਜਵਾਬ ਦਿੰਦਾ ਸਰ ਜੀ ਸਰ ਜੀ। ਬੜਾ ਵਧੀਆ, ਚੰਗਾ ਲੱਗਿਆ ਕਿ ਉਹ ਬੜੀ ਇੱਜ਼ਤ ਦੇ ਨਾਲ ਬੋਲਦਾ। ਪਰ ਜੇਕਰ ਗੱਲ ਸਾਡੇ ਲੀਡਰਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਥੋੜ੍ਹਾ ਇਸ਼ਾਰਾ ਦੇ ਦਿੰਦੇ ਹਾਂ ਕਿ ਸਾਡਾ ਇੱਕ ਲੀਡਰ ਇਹੋ ਜਿਹਾ ਜਦੋਂ ਉਸਨੂੰ ਪੱਤਰਕਾਰ ਸਵਾਲ ਕਰਦਾ ਤਾਂ ਉਸਦਾ ਜਵਾਬ ਅੱਗੋਂ ਜਵਾਬ ਹੁੰਦਾ ਕੋਈ ਉਹਨੂੰ ਜਾ ਕੇ ਪੁੱਛੋ, ਤੁਸੀਂ ਸ਼ਾਇਦ ਸਮਝ ਗਏ ਹੋ। ਅਸੀਂ ਤੁਹਾਨੂੰ ਇੱਕ ਵਾਰ ਫਿਰ ਦੁਬਾਰਾ ਦੱਸ ਦੇਣਾ ਚਾਹੁੰਦੇ ਹਾਂ, ਜੇਕਰ ਤੁਹਾਡੇ ਕਿਤੇ ਕਮੈਂਟ ਨੂੰ 100 ਲਾਈਕ ਮਿਲਦੇ ਆ ਤਾਂ ਤੁਹਾਨੂੰ ਨਕੋਦਰ ਨਿਊਜ਼ ਰਿਪੋਰਟ ਦੇ ਦਫ਼ਤਰ 'ਚ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ। ਧੰਨਵਾਦ।